ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਪਿੰਡ ਬੰਦੀਵਾਲਾ ਤੋਂ ਦਿਖਾ ਰਹੇ ਹਾਂ। ਦੱਸ ਦਈਏ ਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਕੁਝ ਹੀ ਘੰਟੇ ਬਚੇ ਹੈ ਜਦ ਚੋਣ ਪ੍ਰਚਾਰ ਦਾ ਸ਼ੋਰ ਜਿਹੜਾ ਹੈਗਾ ਉਹ ਸਮਾਪਤ ਹੋ ਜਾਏਗਾ। ਇਹੋ ਜਿਹੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪਿੰਡ ਬੰਦੀਵਾਲਾ ਵਿਖੇ ਇਹ ਤਮਾਮ ਲੋਕ ਜੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ, ਇਹਨਾਂ ਦੇ ਵੱਲੋਂ ਰਾਮਦੇਵ ਜੋਸਨ ਦੇ ਅਗਵਾਈ ਦੇ ਹੇਠਾਂ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਰਾਮਦੇਵ ਜੀ ਇੱਥੇ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਨਾਲ। ਜੀ ਸਰ, ਅੱਜ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਇਕੱਠਾ ਹੋਏ ਆ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਆਪਣੇ ਸਾਡੇ ਪਿੰਡ ਸਾਰਿਆਂ ਨੂੰ ਮੇਰੀਆਂ ਚਾਚੀਆਂ, ਤਾਈਆਂ, ਭਰਜਾਈਆਂ ਜਿਹੜੇ ਆਏ ਨੇ, ਸਾਰੇ ਭਰਾ ਮੇਰੇ ਵੀਰ, ਇਹਨਾਂ ਸਾਰਿਆਂ ਨੇ ਦਿਲ ਦੀਆਂ ਗਰਾਂ ਤੋਂ ਜੀ ਆਇਆ ਆਖਦਾ। ਇਹਨਾਂ ਨੇ ਹਮੇਸ਼ਾ, ਗਰੀਬ ਜਨਤਾ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਅਤੇ ਗਰੀਬ ਜਨਤਾ ਜਦੋਂ ਵੀ ਮੈਂ ਇਕੱਠ ਕੀਤੇ, ਜਦੋਂ ਵੀ ਲੀਡਰ ਆਏ, ਕੋਈ ਵੀ ਕਾਂਗਰਸੀ ਖੜਦਾ ਲੀਡਰ, MLA, MP, ਉਦੋਂ ਭਰਵਾਂ ਇਕੱਠ ਇਹਨਾਂ ਗਰੀਬ ਜਨਤਾ ਨੇ ਵਿਖਾਇਆ ਅਤੇ ਮੈਂ ਗਰੀਬ ਜਨਤਾ ਦੇ ਅੱਗੇ ਵੀ ਕੰਮ ਕਰਦਾ, ਦਿਨ ਹੋਵੇ ਰਾਤ ਹੋਵੇ, ਜਦੋਂ ਮੈਨੂੰ ਆਵਾਜ਼ ਮਾਰ ਦਿੰਦੇ ਅੱਧੀ ਰਾਤ ਨੂੰ, ਉਦੋਂ ਵੀ ਮੈਂ ਇਹਨਾਂ ਦੇ ਨਾਲ ਖੜਦਾ ਅਤੇ ਇਹ ਮੇਰੇ ਨਾਲ ਖੜਦੇ ਨੇ ਜੀ, ਅਤੇ ਅੱਗੇ ਵੀ ਮੈਂ ਕੰਮ ਇਹਨਾਂ ਦੇ ਪੂਰੇ ਠੋਕ ਕੇ ਕਰਾਂਗਾ। ਗਰੀਬ ਜਨਤਾ ਦੇ ਕਿਸੇ ਨਾਲ ਇੱਥੇ ਕੋਈ ਧੱਕਾ ਨਹੀਂ ਹੋਣ ਦੇਵਾਂਗਾ ਕਿਸੇ ਨਾਲ, ਅਤੇ ਨਾ ਮੈਨੂੰ 15 ਸਾਲ ਹੋ ਗਏ ਨੇ ਸਿਆਸਤ ਵਿੱਚ ਵੜੇ ਨੂੰ, ਅੱਗੇ ਵੀ ਮੈਂ ਕਿਸੇ ਨੇ, ਕੋਈ ਵੀ ਸਰਕਾਰਾਂ ਆਈਆਂ ਨੇ, ਕੋਈ ਕਿਸੇ ਨਾਲ ਮੈਂ ਧੱਕਾ ਨਹੀਂ ਹੋਣ ਦਿੰਦਾ। ਇਹ ਗਰੀਬ ਜਨਤਾ ਮੇਰੇ ਨਾਲ ਜੁੜੀ ਵੀ ਹੈ ਅਤੇ ਹਮੇਸ਼ਾ ਦੁੱਖ ਸੁੱਖ ਵਿੱਚ ਮੈਂ ਗਰੀਬਾਂ ਦੇ ਨਾਲ ਖੜਾਂ। ਮੇਰੇ ਕੋਲ ਗਰੀਬ ਜਨਤਾ ਸਾਡੇ ਪਿੰਡ ਦੀ 500-600 ਵੋਟ ਹੈ, ਉਹ ਸਾਰੀ ਆਪਣੇ ਨਾਲ ਖੜੀ, ਸਾਡਾ ਆਪਦਾ ਪਰਿਵਾਰ ਹੈ। ਸ਼ੇਰ ਸਿੰਘ ਘੁਬਾਏ ਦੇ ਨਾਲ ਖੜੇ ਹਾਂ ਅਸੀਂ, ਤਨੋ ਮਨੋ ਜ਼ੋਰ ਪੂਰਾ ਲਾ ਕੇ ਵੋਟਾਂ ਸ਼ੇਰ ਸਿੰਘ ਘੁਬਾਇਆ ਨੂੰ ਪਾਵਾਂਗੇ। ਕਾਂਗਰਸ ਪਾਰਟੀ ਜਿੰਦਾਬਾਦ, ਸ਼ੇਰ ਸਿੰਘ ਘੁਬਾਇਆ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਸ਼ੇਰ ਸਿੰਘ ਘੁਬਾਇਆ ਜਿੰਦਾਬਾਦ, ਰਾਹੁਲ ਗਾਂਧੀ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਬਿਲਕੁਲ, ਇਹ ਤਸਵੀਰਾਂ ਬੰਦੀਵਾਲਾ ਪਿੰਡ ਤੋਂ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਰਾਮਦੇਵ ਜੋਸਨ ਦੀ ਅਗਵਾਈ ਹੇਠ ਅੱਜ ਪਿੰਡ ਦੇ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਸਮਰਥਨ ਦਿੱਤਾ ਹੈ। ਦੱਸ ਦਈਏ ਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਸ਼ਾਮ 5 ਵਜੇ ਚੋਣ ਪ੍ਰਚਾਰ ਸਮਾਪਤ ਹੋ ਜਾਏਗਾ ਔਰ ਆਖਰੀ ਦਿਨ ਜਿਹੜਾ ਹੈਗਾ ਵੱਡੀ ਤਾਦਾਦ ਦੇ ਵਿੱਚ ਪਿੰਡ ਬੰਦੀਵਾਲਾ ਤੋਂ ਇਹ ਲੋਕ ਇਕੱਠਾ ਹੋਏ ਆ, ਜਿਨ੍ਹਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਗਿਆ, ਸਮਰਥਨ ਦਿੱਤਾ ਗਿਆ। ਰਾਮਦੇਵ ਜੋਸਨ ਦੀ ਅਗਵਾਈ ਹੇਠ ਇਹ ਸਭ ਲੋਕ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਆਪਣਾ ਸਮਰਥਨ ਦੇ ਰਹੇ ਨੇ। ਮੈਂ 2-3-4 ਵਾਰੀ ਇਕੱਠ ਕਰ ਚੁੱਕਿਆ ਜੀ ਜੀ, ਇਕੱਠ ਮੇਰਾ 2000-3000 ਬੰਦੇ ਦਾ ਇਕੱਠ ਵੇਖ ਕੇ, ਜਿਹੜੇ ਸਾਡੇ ਕਾਂਗਰਸੀ ਲੀਡਰ ਨੇ ਉਹ ਹਮੇਸ਼ਾ ਮੈਨੂੰ ਦਬਾਉਣ ਲੱਗੇ ਪਏ ਨੇ, ਹਮੇਸ਼ਾ ਕਹਿੰਦੇ ਵੀ ਇਹ ਬੰਦਾ ਇੰਨੇ ਇਕੱਠ ਕਰਕੇ ਕਿਤੇ ਉੱਪਰ ਨਾ ਚਲਾ ਜਾਵੇ ਅਤੇ ਇਹਦੀ ਮੰਜੀ ਠੋਕੋ ਟਿਕਾ ਕੇ ਮੇਰੇ 'ਤੇ। ਅੱਜ 15 ਸਾਲ ਹੋ ਗਏ ਨੇ ਮੈਨੂੰ ਸਿਆਸਤ ਵਿੱਚ ਵੜੇ ਨੂੰ, ਮੇਰੇ 'ਤੇ ਪਰਚੇ ਹੋਏ ਨੇ, ਹੋਰ ਕੋਈ ਕਾਂਗਰਸੀ ਲੀਡਰ ਨੇ ਮੇਰੀ ਕੋਈ ਮਦਦ ਨਹੀਂ ਕੀਤੀ, ਠੋਕ ਕੇ ਮੇਰੇ 'ਤੇ ਪਰਚੇ ਕਰਾਉਂਦੇ ਨੇ ਮੈਨੂੰ ਦਬਾ ਦਈਏ, ਪਰ ਗਰੀਬ ਜਨਤਾ ਦੀ ਦੁਆ ਨਾਲ ਮੈਂ ਪਿੰਡ ਵਿੱਚ ਤੁਰਿਆ ਫਿਰਨਾ, ਲੋਕਾਂ ਵਿੱਚ ਤੁਰਿਆ ਫਿਰਨਾ ਅਤੇ ਅੱਗੇ ਵੀ ਰਹਾਂਗਾ। ਮੈਨੂੰ ਕੋਈ ਡਰ ਨਹੀਂ ਗਾ ਕਿਸੇ ਦਾ, ਨਾ ਮੈਂ ਡਰ ਰੱਖਿਆ। ਤੁਹਾਡੇ 'ਤੇ ਪਰਚੇ ਹੋਏ ਆ, ਤੁਸੀਂ ਫਿਰ ਵੀ ਕਾਂਗਰਸ ਨੂੰ? ਹਾਂ, ਮੇਰੇ 'ਤੇ ਪਰਚੇ ਹੋਏ ਨੇ, 15-20 ਪਰਚੇ ਮੇਰੇ 'ਤੇ ਹੋਏ 307 ਦੇ। ਜਦੋਂ ਇਕੱਠ ਵੇਖ ਕੇ ਸਾਡੇ ਜਿਹੜੇ ਕਾਂਗਰਸੀ ਲੀਡਰ ਨੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਵੀ ਗਰੀਬ ਜਨਤਾ ਇਹਦੇ ਨਾਲ ਹੈ, ਇਹਦੀ ਮੰਜੀ ਠੋਕੋ ਟਿਕਾ ਕੇ ਇਹ ਬੰਦਾ ਉਦਾਂ ਨਾ ਉੱਠੇ, ਪਰ ਪਰਮਾਤਮਾ ਦੀ ਕਿਰਪਾ ਨਾਲ ਮੈਂ ਤੁਰਿਆ ਫਿਰਨਾ। ਅੱਛਾ, ਤੁਸੀਂ ਫਿਰ ਵੀ ਕਾਂਗਰਸ ਦੇ ਪੱਕੇ ਸਿਪਾਹੀ ਹੋ, ਪਰਚੇ ਹੋ ਗਏ ਤਾਂ ਵੀ ਨਾਲ ਹੀ ਹੋ? ਮੇਰੇ ਕੋਲ ਦਲ ਬਦਲੋ ਨਾ ਹੁੰਦਾ,
ਭਾਵੇਂ ਕੋਈ ਸਰਕਾਰ ਮਰਜ਼ੀ ਆਵੇ, ਮੈਂ ਕਾਂਗਰਸ ਪਾਰਟੀ ਦਾ ਸਿਪਾਹੀ ਹਾਂ ਤਾਂ ਕਾਂਗਰਸ ਪਾਰਟੀ ਨਾਲ ਹੀ ਖੜਾ ਜੀ। ਠੀਕ ਹੈ, ਕੀ ਨਾਮ ਜੀ? ਖੜਾ ਰਵਾਂਗਾ। ਕੀ ਨਾਮ ਭਾਜੀ? ਰਾਮਦੇਵ ਜੋਸਨ। ਠੀਕ, ਥੈਂਕ ਯੂ।